ਕਿਹੜੀ ਸੱਟ ਪੇਟ ਲੱਗੀ ਆ ਜਾਂ ਕਿੱਦਾਂ ਉਹਨਾਂ ਡਾਕਟਰਾਂ ਨੇ ਕੀ ਰਿਪੋਰਟ ਦਿੱਤੀ ਆ ਜਿੱਦਾਂ ਕੋਈ ਹੱਡੀ ਵਗੈਰਾ ਜਾਂ ਵੈਸੇ ਤੁਹਾਡੇ ਗੁੱਜੀਆਂ ਸੱਟਾਂ ਆ ਜਾਂ ਕਿਵੇਂ ਆ? ਇਹ ਜਸਪਾਲ ਸਿੰਘ ਉਹਨਾਂ ਕੋਲੋਂ ਖਿਸਕ ਗਿਆ ਦੂਜੀ ਵਾਰੀ ਵੀ। ਪਹਿਲੀ ਵਾਰੀ ਉਹਨੇ ਫੜ ਲਿਆ, ਦੂਜੀ ਵਾਰੀ ਫਿਰ ਖਿਸਕ ਗਿਆ ਸੀ ਜਸਪਾਲ ਸਿੰਘ। ਹਾਂਜੀ, ਜਦੋਂ ਖਿਸਕ ਗਿਆ ਉਹਨਾਂ ਦੇ ਕੋਲੋਂ ਤੇ ਉਹਨਾਂ ਕੋਲ ਫੜਿਆ ਨੀ ਗਿਆ ਤੇ ਉਹ ਵਾਪਸ ਆਏ। ਵਾਪਸ ਆ ਕੇ ਉਹਨਾਂ ਨੇ ਧੱਕੇ ਨਾਲ ਜਬਰਦਸਤੀ ਚੱਕ ਕੇ ਮੈਨੂੰ ਗੱਡੀ ਚ ਸੁੱਟਤਾ। ਅੱਛਾ, ਜਿਵੇਂ ਆਪਾਂ ਕੋਈ ਬੋਰੀ ਸੁੱਟਦੇ ਹੁੰਦੇ ਆ ਨਾ, ਉਸ ਤਰ੍ਹਾਂ ਉਹਨੇ ਮੈਨੂੰ ਸੁੱਟਿਆ। ਤੇ ਉਸ ਤੋਂ ਬਾਅਦ ਪੱਤਰਕਾਰੀ ਕੱਢ ਦਿਆ ਚੰਗੀ ਤਰ੍ਹਾਂ, ਕਹਿੰਦਾ ਤੂੰ ਗੁੰਡਾ, ਤੂੰ ਬਦਮਾਸ਼, ਯਾਨੀ ਬੜਾ ਕੁਛ ਬੋਲੀ ਗਿਆ। ਮੈਂ ਸਿਰਫ ਆਪਣੇ ਕੰਮ ਤੱਕ ਮਤਲਬ ਰੱਖਦਾ, ਮੈਂ ਕਦੇ ਕਿਸੇ ਕੋਲ ਫਾਲਤੂ ਨੀ ਜਾਂਦਾ। ਪਰ ਜਿਹੜੇ ਪੁਲਿਸ ਅਫਸਰ ਚੰਗੇ, ਜਿਹੜੇ ਪੁਰਾਣੇ ਹੈਗੇ ਨੇ, ਸਾਰਿਆਂ ਨੂੰ ਮੇਰੇ ਬਾਰੇ ਪਤਾ ਆ। ਠੀਕ ਹੈ। ਤੇ ਮੇਰੀ ਅੱਜ ਤੱਕ ਇੱਕ ਰਿਕਾਰਡ ਰਿਹਾ ਵੀ ਮੈਂ ਕਦੇ ਨਾ ਕਿਸੇ ਸਿਆਸੀ ਚ ਜਾਵਾਂ, ਨਾ ਮੈਂ ਕਿਤੇ ਫਾਲਤੂ ਕਿਤੇ ਜਾ ਕੇ ਬੈਠਾ, ਨਾ ਕਿਸੇ ਕੋਈ ਉੱਠਾ। ਜਿੱਥੇ ਮੈਨੂੰ ਕੰਮ ਆਊਗਾ ਮੈਂ ਆਪਣੇ ਕੰਮ ਤੱਕ ਮਤਲਬ ਰੱਖਦਾ, ਉਸ ਤੋਂ ਅੱਗੇ ਮੈਨੂੰ ਕੋਈ ਉਹ ਨੀ ਹੈ। ਕੋਈ ਵੀ ਜਿੱਦਾਂ ਖੇਤਰ ਆ ਉਹਦੇ ਚ ਮਾੜੇ ਚੰਗੇ ਬੰਦੇ ਜਾਂ ਮਾੜੇ ਚੰਗੇ ਵਰਕਰ ਜਾਂ ਆਫਿਸਰ ਹੋ ਸਕਦੇ ਆ, ਪਰ ਅਸੀਂ ਇਹ ਨਹੀਂ ਕਹਿ ਸਕਦੇ ਸਾਰੀ ਪੁਲਿਸ ਜਾਂ ਸਾਰਾ ਪੰਜਾਬ ਜਾਂ ਸਾਰੀ ਸਰਕਾਰ ਮਾੜੀ ਆ। ਪਰ ਜਿਹੜਾ ਜੋ ਚੀਜ਼ ਸਾਹਮਣੇ ਆਉਂਦੀ ਉਹ ਤਾਂ ਦੱਸਣੀ ਪਊਗੀ। ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ, ਕਿਉਂਕਿ ਹਰ ਇੱਕ ਬੰਦਾ ਆਪਣਾ ਸੁਭਾਅ, ਕੋਈ ਜ਼ਰੂਰੀ ਨਹੀਂ ਹੈ ਕਿ ਉਹੀ ਗੱਲ ਹੈ। ਇਹ ਹੁਣ ਰੱਬ ਜਾਣੇ ਉਦੋਂ ਉਦੋਂ ਪਤਾ, ਕਿਉਂਕਿ ਉਹਦੇ ਚ ਉਹ ਬੰਦਾ ਭੱਜ ਗਿਆ ਜਾਂ ਕੀ ਹੋਇਆ, ਉਹਦੇ ਦਿਮਾਗ ਕੀ ਫਤੂਰ ਸੀ, ਕਿਉਂਕਿ ਹੋ ਸਕਦਾ ਜਿਹੜਾ ਪ੍ਰਧਾਨ ਦੇ ਕਹਿਣ ਤੇ ਉਹਨੇ ਸਾਰਾ ਕੁਝ ਕੀਤਾ ਹੋਇਆ। ਮੈਨੂੰ ਇਸਦਾ ਤਾਂ ਕੁਛ ਨੀ ਪਤਾ ਵੀ ਕੀ ਹੈ। ਮੈਨੂੰ ਤਾਂ ਇੰਨਾ ਕਿਹਾ ਵੀ ਇੱਕਦਮ ਉਹਨਾਂ ਨੇ ਚੱਕਿਆ, ਗੱਡੀ ਚ ਸੁੱਟਿਆ। ਇਹ ਬਹੁਤ ਨਿੰਦਣਯੋਗ ਘਟਨਾ ਆ, ਕਿਉਂਕਿ ਜੇ ਪੱਤਰਕਾਰਾਂ ਨਾਲ ਹੀ ਇਹ ਕੁਛ ਹੋਣ ਲੱਗ ਪਿਆ, ਹਾਂਜੀ, ਜਿਹਨੂੰ ਆਪਾਂ ਕਹਿੰਦੇ ਮੀਡੀਆ ਸਾਡਾ ਚੌਥਾ ਥੰਮ ਹੈ, ਹਾਂਜੀ ਹਾਂਜੀ, ਤੇ ਫਿਰ ਦੂਜਾ ਨਾਰਮਲ ਬੰਦਾ ਮਲਾਸ ਰੱਖੂਗਾ ਕਿਸ ਕੋਲੋਂ, ਤੇ ਜਾਂ ਪੱਤਰਕਾਰ ਕਿਸੇ ਦੀ ਪੱਤਰਕਾਰੀ ਕਰਕੇ ਕੀ ਇਨਸਾਫ ਦੇਣਗੇ? ਜਿਵੇਂ ਮੈਨੂੰ ਗੱਡੀ ਚੱਕ ਕੇ ਸੁੱਟਿਆ, ਮੈਨੂੰ ਫੜਿਆ, ਮੈਨੂੰ ਗਾਲਾਂ ਕੱਢੀਆਂ, ਉਹ ਤਾਂ ਦੋਨਾਂ ਨੇ ਬਰਾਬਰ ਕੱਢੀਆਂ, ਪਰ ਮੈਨੂੰ ਕੁੱਟਮਾਰ ਮੇਰੀ ਜਿਹੜੀ ਡਾਂਗ ਫੇਰੀ ਮੇਰੀ, ਉਹ ਓਮ ਪ੍ਰਕਾਸ਼ ਨੇ ਫੇਰੀ। ਮੈਂ ਇਹ ਵੀ ਨੀ ਕਹਿੰਦਾ ਸਾਰੇ ਪੁਲਿਸ ਵਾਲੇ ਮਾਰੇ ਹੁੰਦੇ ਨੇ, ਕਿਉਂਕਿ ਜੇ ਦੋ ਪੁਲਿਸ ਵਾਲਿਆਂ ਨੇ ਮੇਰੇ ਤੇ ਤਸ਼ੱਦਦ ਕੀਤਾ, ਤਾਂ ਜਿਹੜੇ ਉੱਚ ਅਧਿਕਾਰੀ ਸੀ ਉਹਨਾਂ ਨੂੰ ਸਮਝ ਸੀਗੀ, ਉਹ ਸਿਆਣੇ ਸੀਗੇ, ਉਹਨਾਂ ਨੇ ਹਰ ਗੱਲ ਨੂੰ ਬੜੇ ਵਧੀਆ ਤਰੀਕੇ ਨਾਲ ਅੱਗੇ ਲੈ ਕੇ ਆਉਂਦਾ ਕਿ ਆਹ ਹੈਗਾ ਤੇ ਇਹਨੂੰ ਏਦਾਂ ਕਰਨੇ, ਆਹ ਹੈਗਾ ਏਦਾਂ। ਕਹਿਣ ਦਾ ਮਤਲਬ ਦੇਖੋ, ਅੱਜ ਅਸੀਂ ਕਹੀਏ ਇੱਜ਼ਤ ਵਾਲਾ, ਕਈ ਵਾਰੀ ਸਾਡੇ ਕੋਲ ਸੋਸ਼ਲ ਮੀਡੀਆ ਤੇ ਵੀਡੀਓ ਵੀ ਆਉਂਦੀਆਂ ਨੇ, ਫੋਟੋ ਆਉਂਦੀਆਂ ਨੇ, ਜਿੱਥੇ ਕੋਈ ਪੁਲਿਸ ਵਾਲਾ ਕਿਸੇ ਭੁੱਖੇ ਦਾ ਢਿੱਡ ਭਰਦਾ, ਕਿਸੇ ਨੂੰ ਸਹਾਰਾ ਦੇ ਕੇ ਚਲਾਉਂਦਾ। ਦੇਖੋ ਮਾੜੇ ਸਾਰੇ ਨੀ, ਪਰ ਸਿਆਣੇ ਕਹਿੰਦੇ ਨੇ ਇੱਕ ਮੱਛੀ ਸਾਰੇ ਪਾਣੀ ਨੂੰ ਗੰਦਾ ਕਰ ਦਿੰਦੀ। ਸਾਡੇ ਪੂਰੇ ਮੀਡੀਆ ਵੱਲੋਂ ਐਸ ਐਸ ਪੀ ਸਾਹਿਬ ਨੂੰ ਮਿਲਿਆ ਗਿਆ, ਆਪਣਾ ਕੁਲਦੀਪ ਸਿੰਘ ਚਾਹਲ ਨੂੰ, ਤੇ ਐਡਵੋਕੇਟ ਕਿਰਨ ਸਿੰਘ ਵੱਲੋਂ ਜਿਹੜੀ ਆ ਕੇ ਡੀ ਜੀ ਪੀ ਪੰਜਾਬ ਨੂੰ ਵੀ ਲੈਟਰ ਦਿੱਤੀ, ਭੇਜੀ ਗਈ, ਤੇ ਉਹਦੇ ਕਰਕੇ ਜਿਹੜੀ ਕਾਰਵਾਈ ਅੱਗੇ ਸ਼ੁਰੂ ਹੋਈ ਆ। ਹੋਰ ਵੀ ਜਿਹੜੇ ਵਕੀਲ ਪਾਏ ਜਾਂ ਮਨੁੱਖੀ ਅਧਿਕਾਰ ਸੰਗਠਨ ਨੇ, ਉਹ ਵੀ ਆਪਣੀਆਂ ਕਾਰਵਾਈਆਂ ਕਰ ਰਹੇ ਨੇ। ਪਰ ਜਿਹੜਾ ਮੇਰਾ ਮੋਟਿਵ ਹੈ, ਮੈਨੂੰ ਕੁੱਟ ਲਿਆ, ਚਲੋ ਮੇਰੀ ਵਾਕਫੀਆ ਸੀ ਤੇ ਮੇਰਾ ਬਚਾਅ ਹੋ ਗਿਆ। ਹੁਣ ਗੱਲ ਇਹ ਆਉਂਦੀ ਆ ਕਿ ਇੱਕ ਪੱਤਰਕਾਰ ਜਿਹੜਾ ਪੇਂਡੂ ਖੇਤਰ ਦੇ ਵਿੱਚ ਪੱਤਰਕਾਰੀ ਕਰਦਾ ਹੈ, ਮੰਨ ਲਓ, ਹਾਂਜੀ ਹਾਂਜੀ, ਤੇ ਉਹ ਪੇਂਡੂ ਖੇਤਰ ਦੇ ਵਿੱਚ ਪੱਤਰਕਾਰੀ ਕਰਦਿਆਂ ਉਹਦੇ ਨਾਲ ਕੋਈ ਏਦਾਂ ਦੀ ਹਾਦਸਾ ਵਾਪਰ ਜਾਂਦਾ, ਹਾਂਜੀ, ਤਾਂ ਉਹ ਵਿਚਾਰਾ ਕਿੱਥੇ ਜਾਏਗਾ, ਉਹਦੀ ਕੌਣ ਸੁਣੇਗਾ?